ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਡਿਸਟਰਬ ਕਰਨ ਦੀ ਸਾਜ਼ਿਸ਼ ਬੇਨਕਾਬ ਕੀਤੀ ਜਿਹੜਾ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਲਿੰਕ ਸੀ ਨੂੰ ਬਸਟ ਕਰਕੇ ਉਹਦੇ ਮੈਂਬਰਸ ਨੂੰ ਅਰੈਸਟ ਕੀਤਾ ਹੈ। ਇੱਕ ਵੱਡੇ ਬ੍ਰੇਕ ਥਰੂ ਦੇ ਵਿੱਚ ਪੰਜਾਬ ਪੁਲਿਸ ਨੇ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਡਿਸਟਰਬ ਕਰਨ ਦੀ ਸਾਜ਼ਿਸ਼ ਬੇਨਕਾਬ ਕੀਤੀ ਹੈ ਤੇ ਇੱਕ 5 ਮੈਂਬਰੀ ਮੋਡਿਊਲ ਜਿਹੜਾ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਲਿੰਕ ਸੀ ਨੂੰ ਬਸਟ ਕਰਕੇ ਉਹਦੇ ਮੈਂਬਰਸ ਨੂੰ ਅਰੈਸਟ ਕੀਤਾ ਹੈ। ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਆਈ ਹੈ ਕਿ ਜ਼ਿਲ੍ਹਾ ਬਟਾਲਾ ਦੇ ਵਿੱਚ ਜਿਹੜੇ ਰਾਜੀਵ ਮਹਾਜਨ ਨੂੰ ਟਾਰਗੇਟ ਕੀਤਾ ਗਿਆ ਸੀਗਾ ਉਸਦੇ ਫੋਰਨ ਹੈਂਡਲਰਸ ਹੀ ਇੱਕ ਦੂਜਾ ਮੋਡਿਊਲ ਟੋਟਲੀ ਸੈਪਰੇਟ ਜਿਹੜਾ ਕੰਟਰੋਲ ਕਰ ਰਹੇ ਸੀਗੇ ਅਤੇ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀਗਾ ਕਿ ਡਿਫਰੈਂਟ ਟਾਰਗੇਟਸ ਦੀ ਕਿਲਿੰਗ ਕਰਨ ਦਾ ਜਿਸ ਕਰਕੇ ਸਟੇਟ ਦੇ ਵਿੱਚ ਹਾਰਮਨੀ ਅਤੇ ਪੀਸ ਡਿਸਟਰਬ ਹੋਊਗੀ ਅਤੇ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਨੇ ਬਹੁਤ ਹੀ ਮੈਟੀਕੁਲਸ ਸਿਸਟਮੈਟਿਕ ਇਨਵੈਸਟੀਗੇਸ਼ਨ ਤੋਂ ਇਸ ਦੀ ਤਾਰਾਂ ਜੋੜੀਆਂ ਅਤੇ ਸਾਇੰਟੀਫਿਕ ਤਰੀਕੇ ਨਾਲ ਟੈਕਨੀਕਲ ਐਨਾਲਿਸਿਸ ਤੋਂ ਜਿਹੜੇ ਮੋਡਿਊਲ ਮੈਂਬਰ ਸੀਗੇ ਉਹਨਾਂ ਨੂੰ ਅਨਕਵਰ ਕੀਤਾ ਹੈ। ਹਾਲੇ ਤੱਕ ਦੀ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਹੈ ਕਿ KLF ਦੇ ਓਪਰੇਟਿਵਸ ਜਿਹੜੇ ਰਣਜੋਤ ਸਿੰਘ ਦਾ ਨਾਂ ਵਰਤਦੇ ਹੈ ਇਟ ਇਜ਼ ਅ ਫੇਕ ਨੇਮ ਦੇ ਹੈਵ ਬੀਨ ਡੂਇੰਗ ਟੇਲੈਂਟ ਸਪੋਟਿੰਗ ਇਨ ਇੰਡੀਆ ਥਰੂ ਪੀਪਲ ਬੇਸਡ ਇਨ ਜੇਲਸ ਉਹਨਾਂ ਦੇ ਥਰੂ ਫੁੱਟ ਸੋਲਜਰਸ ਨੂੰ ਰਿਕਰੂਟ ਕੀਤਾ ਜਾਂਦਾ ਹੈ ਉਹਨਾਂ ਦੇ ਬੈਂਕ ਅਕਾਊਂਟਾਂ ਦੇ ਵਿੱਚ ਪੈਸੇ ਪਾਏ ਜਾਂਦੇ ਹੈ ਅਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਵਾਰਦਾਤਾਂ ਕਰਨ ਲਈ ਮੋਟੀਵੇਟ ਕੀਤਾ ਜਾਂਦਾ ਹੈ ਇੱਕ ਫੇਕ ਨੈਰੇਟਿਵ ਸੋਸ਼ਲ ਮੀਡੀਆ 'ਤੇ ਬਣਾ ਕੇ ਅਤੇ ਦੀਸ ਗਰੁੱਪ ਆਫ ਹੈਂਡਫੁੱਲ ਆਫ ਪੀਪਲ ਆਰ ਸਪੋਰਟਡ ਬਾਈ ਪਾਕਿਸਤਾਨਸ ਇੰਟਰ ਸਰਵਿਸਿਜ਼ ਇੰਟੈਲੀਜੈਂਸ। ਪੰਜਾਬ ਪੁਲਿਸ ਅੰਡਰ ਦੀ ਲੀਡਰਸ਼ਿਪ ਆਫ ਚੀਫ ਮਿਨਿਸਟਰ ਸਰਦਾਰ ਭਗਵੰਤ ਮਾਨ ਇਜ਼ ਫੁੱਲੀ ਕਮਿਟਡ ਟੂ ਮੇਨਟੇਨ ਪੀਸ ਐਂਡ ਕਮਿਊਨਲ ਹਾਰਮਨੀ ਇਨ ਪੰਜਾਬ ਐਂਡ ਦ ਨਿਫੇਰੀਅਸ ਡਿਜ਼ਾਈਨਸ ਆਫ ਐਂਟੀ ਨੈਸ਼ਨਲ ਐਲੀਮੈਂਟਸ ਵਿਲ ਨਾਟ ਬੀ ਅਲਾਊਡ ਟੂ ਸਕਸੀਡ।